ਅੱਜ ਦੀ ਵੀਡੀਓ ਉਹਨਾਂ ਭਰਾਵਾਂ ਲਈ ਲੈ ਕੇ ਆਏ ਹਾਂ ਜਿਹੜੇ ਵੀਰ ਚੰਗੀ ਸਵਾਰੀ ਵਾਲੀ ਠੰਡੇ ਸੁਭਾਅ ਦੀ ਸਾਫ਼ ਸੁਥਰੀ ਘੋੜੀ ਭਾਲਦੇ ਆ ਅਤੇ ਜਾਂ ਸ਼ੋਅ ਕੁਆਲਿਟੀ ਦੀ ਚੰਗੀ ਮਾਰਕਿੰਗ ਵਾਲੀ ਸਾਫ਼ ਸੁਥਰੇ ਪਿੱਠ ਪੁੜੇ ਵਾਲੀ ਵਛੇਰੀ ਭਾਲਦੇ ਆ ਮਾਰਵਾੜੀ ਦੇ ਵਿੱਚ। ਇੱਕ ਘੋੜੀ ਅਤੇ ਇੱਕ ਵਛੇਰੀ ਫੋਰ ਸੇਲ ਹੈ, ਇੱਕ ਇਹਨਾਂ ਦੇ ਕੋਲ ਹੈਗੀ ਹੈ ਜੀ ਆਹ ਨੀਲੀ ਘੋੜੀ, ਇਹ ਵੀ ਫੋਰ ਸੇਲ ਹੈ। ਕਿੰਨੀ ਉਮਰ ਹੈ, ਕਿਹੜਾ ਖਾਨਦਾਨ ਹੈ, ਬਾਪ ਵਾਲੇ ਪਾਸਿਓਂ ਮਾਂ ਵਾਲੇ ਪਾਸਿਓਂ, ਕਿੰਨੀ ਹਾਈਟ ਹੈ, ਸਾਰੀਆਂ ਗੱਲਾਂ 'ਤੇ ਆਪਾਂ ਭਰਾਵਾਂ ਤੋਂ ਮੁਲਾਕਾਤ ਦੇ ਵਿੱਚ ਹੀ ਪੁੱਛਣੀਆਂ, ਪਰ ਮੋਟਾ ਮੋਟਾ ਤੁਹਾਨੂੰ ਮੈਂ ਝਾਂਤ ਮਰਾਈ ਜਾਂਦਾ। ਤੁਸੀਂ ਅੱਖਾਂ ਦੇ ਸਕੈਨਰ ਥਾਣੀ ਕੱਢੀ ਚੱਲਿਓ ਵੀ ਭਾਈ ਜੇ ਤੁਹਾਨੂੰ ਇਹ ਘੋੜੀ ਚਾਹੀਦੀ ਹੈ ਤਾਂ ਬਾਈ ਨੂੰ ਫੋਨ ਲਾ ਲਿਓ। ਇੱਕ ਵੀਰ ਦੇ ਕੋਲ ਆ ਬਹੁਤ ਹੀ ਚੰਗੀ ਵਛੇਰੀ ਹੈ ਮਾਰਵਾੜੀ ਦੇ ਵਿੱਚ, ਮੱਥੇ ਬਹੁਤ ਹੀ ਚੰਗਾ ਦੇਖ ਰਹੇ ਹੋ ਤੁਸੀਂ, ਪਤਾ ਹੈ ਤਿੰਨ ਪੈਰ ਚਿੱਟੇ ਹੈ, ਮਾਰਕਿੰਗ ਬਹੁਤ ਲਾਜਵਾਬ ਹੈ ਅਤੇ ਪਿੱਠ ਪੁੜੇ ਦੀ ਪੂਰੀਆਂ ਪੌੜੀਆਂ ਦੀ ਬਿਲਕੁਲ ਸਾਫ਼ ਹੈ। ਕੰਨ ਕਨੌਤੀ ਇਹਦੀ ਧੌਣ, ਇਹਦਾ ਪਿੱਠ ਪੁੜਾ ਬਹੁਤ ਚੰਗੇ ਖਾਨਦਾਨ ਦੀ ਗਵਾਹੀ ਭਰਦੇ ਹੈ। ਇਹ ਦੱਸਦਾ ਕਿ ਹੈਗੀ ਹੈ ਧੂੜਕੋਟ ਵਾਲੇ ਫੇਮਸ ਘੋੜੇ ਸਿਕੰਦਰ ਦੀ ਧੀ, ਅਤੇ ਇਹਦੇ ਬਾਰੇ ਵੀ ਗੱਲਬਾਤ ਕਰ ਲਿਓ। ਪੂਰੀ ਡਿਟੇਲ ਤੁਹਾਨੂੰ ਵੀਡੀਓ 'ਚ ਦੱਸਦੇ ਹਾਂ, ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਵੀਰਾਂ ਨੇ ਮਗਰਲੀ ਵੀਡੀਓ ਸ਼ੇਅਰ ਕੀਤੀ, ਸੋਹਣੇ ਕਮੈਂਟ ਕੀਤੇ ਉਹਨਾਂ ਭਰਾਵਾਂ 'ਚੋਂ। ਕੁਝ ਭਰਾਵਾਂ ਦੇ ਨਾਮ ਨੇ ਜੀ ਰਮਨਦੀਪ ਰਮਨ, ਜਗਮੀਤ ਬੱਲ, ਕਾਕਾ ਜਾਖੜ, ਕਰਨ ਸਟੱਡ ਫਾਰਮ, ਸਵਰਨ ਢਿੱਲੋਂ, ਜਗਮੀਤ ਭੁੱਲਰ, ਲਵਪ੍ਰੀਤ ਸਰਪੰਚ, ਅਮਰਿੰਦਰ ਸਿੰਘ, ਨਿਰਮਲ ਸਿੰਘ ਗਿੱਲ, ਗੁਰਜੀਤ ਵਿਦੇਸ਼ਾ, ਇੰਦਰਜੀਤ ਸਿੰਘ, ਹਰਮੀਤ ਸੰਧੂ, ਜੱਸਾ ਜਲਾਲਪੁਰ, ਗੁਰਭੇਜ ਸਿੰਘ, ਗੁਰਸੱਜਣ ਸਿੰਘ, ਪੰਧੇਰ ਫਾਰਮ, ਸਿਮਰ ਦਿਓਲ। ਆ ਜਾਓ ਕਰਦੇ ਹਾਂ ਗੱਲਬਾਤ, ਮਿਲਦੇ ਹਾਂ ਭਰਾਵਾਂ ਨੂੰ, ਸਾਰੀ ਡਿਟੇਲ ਰੀਜਨਾ ਸੁਣਿਓ, ਆ ਜਾਓ ਕਰਦੇ ਹਾਂ ਗੱਲਬਾਤ। ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਆਮ ਤੋਂ ਖਾਸ ਦੀ ਨਵੀਂ ਵੀਡੀਓ ਦੇ ਵਿੱਚ। ਅੱਜ ਤੁਹਾਡੇ ਲਈ ਦੋ, ਮੰਨ ਲਓ ਵੀ ਇੱਕ ਘੋੜੀ ਅਤੇ ਇੱਕ ਬਾਹਲੀ ਚੰਗੀ ਵਛੇਰੀ ਲੈ ਕੇ ਆਏ ਹਾਂ, ਅਤੇ ਥੋੜ੍ਹੀਆਂ ਤੁਹਾਨੂੰ ਮੈਂ ਮੂਹਰਿਓਂ ਪਹਿਲਾਂ ਜਿਹੜੀਆਂ ਆਪਾਂ ਮੁੱਖ ਝਲਕੀਆਂ ਵਿਖਾਉਂਦੇ ਹਾਂ ਉਹਦੇ ਵਿੱਚ ਥੋੜ੍ਹੀ ਜਿਹੀ ਝਾਂਤ ਮਰਾ ਕੇ ਹਟਿਆ। ਵਛੇਰੀਆਂ ਬਾਹਲੀ ਚੰਗੀ, ਘੋੜੀ ਵੀ ਬਹੁਤ ਸੋਹਣੀ ਹੈ, ਘੋੜੀ ਵੀ ਤਰਨ ਦੀ ਨਵੇਂ ਬੰਦੇ ਨੇ ਲੈਣੀ ਹੋਵੇ ਤਾਂ ਉਹਦੇ ਲਈ ਵੀ ਬੈਸਟ ਆਪਸ਼ਨ ਹੈ। ਬਾਕੀ ਸਾਰੀ ਗੱਲਬਾਤ ਆਪਾਂ ਕਰਨੀ ਹੈ ਕਿਹੜੇ ਘੋੜੇ ਦੀਆਂ ਨੇ, ਕਿੰਨੀਆਂ ਹਾਈਟਾਂ ਨੇ, ਕਿੰਨੀਆਂ ਉਮਰਾਂ ਨੇ, ਕੀ ਹਿਸਾਬ ਕਿਤਾਬ ਹੈ। ਆਪਾਂ ਪਹੁੰਚੇ ਹਾਂ ਪਿੰਡ ਹੈ ਬਾਈਆਂ ਦਾ ਤਖਤੂਪੁਰਾ, ਅਤੇ ਜ਼ਿਲ੍ਹਾ ਪੈ ਜਾਂਦਾ ਹੈ ਜੀ ਮੋਗਾ, ਅਤੇ ਬਾਈ ਸਰਦਾਰ ਸੁਖਵਿੰਦਰ ਸਿੰਘ ਜੀ ਢਾਲੀਵਾਲ ਸਾਹਿਬ ਆਪਣੇ ਨਾਲ ਨੇ ਅਤੇ ਉਹਨਾਂ ਦੇ ਭਰਾ ਨੇ ਨਾਲ। ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆ, ਫਿਰ ਸਾਰੀ ਡਿਟੇਲ ਸੁਣ ਲਿਓ, ਫਿਰ ਤੁਸੀਂ ਜਿਹੜੇ ਵੀ ਭਰਾ ਨੇ ਤੁਹਾਡੇ ਰਿਸ਼ਤੇਦਾਰੀ 'ਚ ਜਾਂ ਯਾਰ ਦੋਸਤ ਨੇ ਵੀ ਕੋਈ ਚੰਗੀ ਵਛੇਰੀ ਲੈਣਾ ਚਾਹੁੰਦਾ ਹੈ ਜਾਂ ਘੋੜੀ ਲੈਣਾ ਚਾਹੁੰਦਾ ਹੈ ਪਹਿਲੀ ਵਾਰ, ਅਤੇ ਉਹ ਵੀ ਭਰਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜਿਹੜੇ ਤੁਹਾਡੀ ਗਾਂ ਤੱਕ 'ਚ ਹੈ ਕੋਈ ਸੱਜਣ ਬੇਲੀ ਜਾਂ ਰਿਸ਼ਤੇਦਾਰੀ 'ਚ, ਅਤੇ ਉਹਦੇ ਤਾਈਂ ਵੀਡੀਓ ਸ਼ੇਅਰ ਵੀ ਕਰ ਸਕਦੇ ਹੋ। ਪਹਿਲਾਂ ਕਰਦੇ ਹਾਂ ਸਵਾਗਤ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਬਾਈ, ਕਹਿਮ? ਹਾਂ ਠੀਕ ਆ ਜੀ, ਆਮ ਤੋਂ ਖਾਸ ਚੈਨਲ ਦਾ ਇੱਥੇ ਪਹੁੰਚ ਗਿਆ ਸੀ। ਧੰਨਵਾਦ ਧੰਨਵਾਦ ਸੁਖਵਿੰਦਰ ਬਾਈ। ਹੋਰ ਸੁਣਾਓ, ਕਹਿਮ ਸਿਹਤ? ਹਾਂ ਬਹੁਤ ਵਧੀਆ ਜੀ। ਸੁਖਵਿੰਦਰ ਬਾਈ, ਜਿੱਦਾਂ ਆਪਾਂ ਘੋੜੀਆਂ ਦਾ ਵੀ ਦੱਸਦੇ ਹਾਂ, ਤੇ ਹੁਣ ਟੋਟਲ ਕਿੰਨੇ ਨਾਗ ਆ ਆਪਣੇ ਕੋਲ? ਆਪਣੇ ਕੋਲ ਚਾਰ ਨਾਗ ਆ ਜੀ। ਚਾਰ ਨਾਗ ਹੈ? ਹਾਂਜੀ। ਵਛੇਰਾ ਵਛੂਰਾ ਵੀ ਕਦੇ ਰੱਖਿਆ ਗਿਆ ਜੀ ਘੋੜੀਆਂ 'ਚ? ਨਹੀਂ ਜੀ, ਘੋੜੀ ਰੱਖੀ ਸੀ, ਦੋ ਉਹਦੀਆਂ ਵਛੇਰੀਆਂ ਗਈਆਂ। ਅੱਛਾ, ਇੱਕ ਇਹ ਵਛੇਰੀ ਵੱਡੀ ਬਾਅਦ 'ਚ ਲਿਆਂਦੀ ਆਪਾਂ ਜੀ। ਅਤੇ ਕਿੰਨਾ ਟਾਈਮ ਹੋ ਗਿਆ ਵੈਸੇ ਸੁਖਵਿੰਦਰ ਬਾਈ? 4-5 ਸਾਲ ਹੋ ਗਏ ਜੀ ਘੋੜਿਆਂ 'ਚ। ਹਾਂਜੀ। ਅਤੇ ਘੋੜੀਆਂ ਸਭ ਤੋਂ ਪਹਿਲਾਂ ਘੋੜੀ ਕਿਹੜੀ ਲਿਆਂਦੀ ਸੀਗੀ? ਸਭ ਤੋਂ ਪਹਿਲਾਂ ਇੱਕ ਨੀਲੀ ਚੰਬੀ ਲਿਆਂਦੀ ਸੀਗੀ ਜੀ, ਉਹ ਅਸੀਂ ਵੇਚਤੀ ਸੀਗੀ। ਉਦੋਂ ਬਾਅਦ ਮਾਰਵੜੀ ਕਾਲੀ ਘੋੜੀ ਆ ਜਿਹੜੀ ਆਪਣੇ ਕੋਲੇ ਵੱਡੀ ਆ, ਉਹ ਪਰੇ ਜਿਹੜਾ ਬਾਈ ਲੈ ਕੇ ਫੜੇ ਮੱਥੇ ਫੁੱਲ ਵਾਲੀ, ਮੱਥੇ ਫੁੱਲ ਵਾਲੀ, ਤੇ ਇੱਕ ਪੈਰ ਚਿੱਟਾ ਉਹ ਲੈ ਕੇ ਆਉਂਦੀ ਸੀ। ਉਹਦੀਆਂ ਦੋ ਹੁਣ ਬੱਚੀਆਂ ਆਪਣੇ ਕੋਲੇ। ਅੱਛਾ, ਉਹ ਕਿਹੜੇ ਦੀ ਆ ਬਾਈ? ਪਹਿਲੀ ਬੱਚੀ ਉਹਦੀ ਜਿਹੜੀ ਵੱਡੀ ਆ ਜੀ, ਉਹ ਹੈਗੀ ਗ੍ਰੇਟ ਗੈਂਬਲਰ ਦੀ। ਨਹੀਂ, ਆਹ ਜਿਹੜੀ ਨੀਲੀ ਆ, ਨੀਲੀ ਹੈਗੀ ਫੌਜੀ ਦੀ ਜੀ। ਅੱਛਾ, ਬੱਜੂ ਕੀ ਲੈਣ? ਨਹੀਂ ਨਹੀਂ, ਉਹ ਘੋੜੀ ਆਪ ਕਿਹਦੀ ਆ? ਆਪਦੀ, ਉਹ ਸਾਨੂੰ ਕੋਈ ਲੈਣ ਨਹੀਂ, ਅਨਨੋਨੀ ਆ। ਅਨਨੋਨੀ ਆ ਜੀ। ਠੀਕ ਹੈ। ਬੱਚੇ ਬਹੁਤ ਵਧੀਆ ਦਿੱਤੇ ਆ, 2 ਸੂਏ ਲਏ ਆ, ਜਿਹੇ ਜਿਹਾ ਘੋੜਾ ਛੱਡਿਆ ਉਹੇ ਜਿਹਾ ਬੱਚਾ ਦਿੰਦੀ ਆ ਜੀ। ਤੇ ਜਿਹੜੀਆਂ ਹੁਣ ਇਹ ਤਾਂ ਨਹੀਂ ਸੇਲ ਕਰਨੀ ਹਨਾ ਵੱਡੀ? ਨਹੀਂ ਜੀ, ਵੱਡੀ ਘੋੜੀ ਨਹੀਂ ਸੀ। ਇਹ ਜਿਹੜੀ ਵਛੇਰੀ ਆ ਇਹਦੇ ਬਾਰੇ ਆਪਾਂ ਦੱਸਾਂਗੇ ਲਾਸਟ 'ਚ, ਦੂਜੀ ਵਾਰ ਤੇ ਪਹਿਲਾਂ ਦੱਸ ਦਈਏ ਆਪਾਂ ਨੀਲੀ ਬਾਰੇ। ਹਾਂਜੀ, ਨੀਲੀ ਇਹ ਫੌਜੀ ਦੀ ਬੱਚੀ ਆ ਜੀ, ਬੱਜੂ ਕਿਹੜੀ ਲੈਣ ਦੀ ਆ ਜੀ।
ਤੇ ਇਹ ਆਪਣਾ ਮਹੀਨਾ ਹੋ ਗਿਆ ਇਹਨੂੰ ਮੇਟ ਹੋਈ ਨੂੰ। ਕਿਹੜੇ ਕੋਲ ਮੇਟ ਹੋਈ ਜੀ? ਇਹ ਮੇਟ ਹੋਈ ਵੀ ਹੈ ਜੀ ਆਪਣਾ ਨੰਜਾ ਮਾਣੂਕੇ ਬਾਈ, ਨੰਜਾ ਮਾਣੂਕੇ। ਹਾਂ, ਬਹੁਤ ਚੰਗਾ ਘੋੜਾ ਬਾਈ ਕੋਲ, ਨੀਲਾ ਬਹੁਤ ਸੋਹਣਾ 68 ਇੰਚ ਦਾ ਨੀਲਾ ਘੋੜਾ ਗਾ ਤੇ ਉਸ ਤੋਂ ਮੇਟ ਹੋਈ ਵੀ ਹੈ ਜੀ। ਤੇ ਇਹਦੀ ਆਪਦੀ ਉਮਰ ਕਿੰਨੀ ਹੈ ਵੈਸੇ? ਆਪਦੀ ਉਮਰ ਇਹਦੀ 3 ਤੋਂ 3.5 ਸਾਲ ਦੇ ਵਿੱਚ ਹੈ ਜੀ। ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ ਜੀ? ਸਾਡੇ ਕੋਲੇ ਹੋ ਗਏ ਇਹਨੂੰ ਤਕਰੀਬਨ 4-5 ਮਹੀਨੇ ਹੋ ਗਏ। 4-5 ਮਹੀਨੇ ਹੋ ਗਏ। ਅੱਛਾ, ਇਹਦੀ ਹਾਈਟ ਕਿੰਨੀ ਹੈ ਜੀ? ਇਹਦੀ ਹਾਈਟ 60+ ਹੈਗੀ ਹੈ। 60+ ਹੈ ਤੇ ਕਿਵੇਂ ਆ ਫੇਰੇ ਤੋਰੇ ਦੀ? ਉਹ ਤੇ ਆਪਾਂ ਤੋਰ ਕੇ ਵੇਖੀ ਆ ਹਨਾ, ਸੋਹਣੀ ਆ ਜੀ। ਤੇ ਨਵੇਂ ਬੰਦੇ ਲਈ ਮੰਨ ਲਓ ਕੋਈ ਬੈਸਟ ਆਪਸ਼ਨ ਹੈਗੀ ਆ ਵੀ ਕੋਈ ਖਰਾਬੀ ਤਾਂ ਨਹੀਂ ਕਰਦੀ? ਨਹੀਂ, ਹਜੇ ਤੱਕ ਇਹਨੇ ਕੋਈ ਖਰਾਬੀ ਨਹੀਂ ਕਰੀ ਜੀ। ਜੀ ਹਾਂਜੀ। ਤੇ ਇਹਦਾ ਫਿਰ ਸੇਲ ਦਾ ਵਿਚਾਰ ਹੈਗਾ? ਹਾਂਜੀ, ਇਹਦਾ ਸੇਲ ਦਾ ਵਿਚਾਰ ਆ। ਤੇ ਮੁੱਲ ਵਗੈਰਾ ਕਿਵੇਂ ਕਰੂੰਗੇ? ਮੁੱਲ ਆਪਾਂ ਟੈਲੀਫੋਨ ਤੇ ਜੀ, ਫੋਨ ਤੇ ਕਰਾਂਗੇ, ਫੋਨ ਤੇ ਕਰਾਂਗੇ। ਲੈ ਵੀ ਸੱਜਣੋ, ਤੋਰ ਕੇ ਤੁਹਾਨੂੰ ਘੋੜੀ ਵਿਖਾਤੀ। ਘੋੜੀ ਸੋਹਣੀ ਹੈ, ਘੋੜੀ ਬਰੀਕੀਆਂ ਵਾਲੀ ਹੈ, ਗਾਂ ਜਿਹੜੀ ਹੈਗੀ ਹੈ ਬਾਈ ਨਿੰਜੇ ਮਾਣੂਕੇ ਦਾ ਆਪਾਂ ਘੋੜਾ ਫਰਮਾਇਆ ਸੀ, ਹੋ ਗਿਆ ਇਹ 1.5 ਸਾਲ ਹੋ ਗਿਆ। ਬਹੁਤ ਚੰਗਾ ਵਿਸ਼ੇਰਾ ਬਾਈ ਕੋਲੇ। ਹੁਣ ਕਹਿੰਦੇ ਆ ਵੀ 68 ਇੰਚ ਉਹਦੀ ਹਾਈਟ ਹੈ, ਤੇ ਉਹ ਆਪ ਕਿਹੜੇ ਦਾ ਬਾਈ ਪਤਾ ਤੁਹਾਨੂੰ? ਬੜਾ ਮੈਨੂੰ ਤਾਂ ਯਾਦ ਭੁੱਲ ਗਿਆ। ਉਹ ਫੌਜੀ ਦਾ ਹੀ ਕਹਿੰਦੇ ਆ ਜੀ ਉਹਨੂੰ। ਜੀ ਹਾਂ, ਤੇ ਉਹ ਵੀ ਚੰਗੇ ਖਾਨਦਾਨ ਦਾ, ਬਾਕੀ ਹਾਈਟ ਤੇ ਬਰੀਕੀਆਂ ਦੇ ਵਿੱਚ ਬਹੁਤ ਹੈ। ਤੇ ਉਹਦੇ ਤੋਂ ਕਿੰਨੇ ਮਹੀਨਿਆਂ ਦੀ ਗੱਪਣ ਦੱਸਿਆ ਸੁਖਵਿੰਦਰ ਬਾਈ? ਇਹ 15 ਮਾਰਚ ਦੀ ਹੋਈ ਵੀ ਹੈ ਜੀ। 15 ਮਾਰਚ ਦੀ, ਯਾਨੀ ਕਿ ਮਾਰਚ ਅਪ੍ਰੈਲ ਮਹੀਨੇ ਦੇ ਇਰਦ ਗਿਰਦ ਮਹੀਨੇ ਦੇ ਉੱਤੇ ਹੋ ਗਈ, ਉੱਪਰ ਹੋ ਗਈ ਜੀ। ਹਾਂ, ਤੇ ਸੱਜਣੋ ਇਹ ਤੁਹਾਨੂੰ ਘੋੜੀ ਮਿਲ ਜੂਗੀ। ਤੇ ਤਖਤੂਪੁਰਾ ਪਿੰਡ, ਬਾਕੀ ਪੂਰੀ ਲੋਕੇਸ਼ਨ ਆਪਾਂ ਬਾਈਆਂ ਤੋਂ ਪੁੱਛ ਲੈਂਦੇ ਹਾਂ, ਨੰਬਰ ਵਿੱਚ ਚੱਲਦਾ ਹੈ। ਕੋਈ ਵੀ ਭਰਾ ਲੈਣ ਦਾ ਚਾਹਵਾਨ ਹੈ ਤੇ ਜਾਇਜ਼ ਰੁਪਈਆਂ ਦੇ ਵਿੱਚ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ, ਰੱਸਾ ਤੁਹਾਡੇ ਝੋਲੀ ਪੈ ਜੂਗਾ। ਅੱਛਾ ਬਾਈ, ਹੁਣ ਆਪਾਂ ਦਿਖਾ ਦਈਏ ਜੀ ਆਪਣੇ ਵਾਲੀ ਜਿਹੜੀ ਵਛੇਰੀ ਹੈ, ਬੜੀ ਚੰਗੀ। ਹਾਂਜੀ ਹਾਂਜੀ। ਇਹ ਕਿਹੜੇ ਘੋੜੇ ਦੀ ਹੈ? ਇਹ ਸਿਕੰਦਰ ਦੀ ਹੈ ਜੀ। ਸਿਕੰਦਰ ਬਾਈ ਜਤਿੰਦਰ ਵਾਲੇ ਦੀ, ਧੂਰਕੋਟ ਵਾਲੇ ਦੀ? ਜਤਿੰਦਰ ਧੂਰਕੋਟ ਵਾਲੇ ਦੀ, ਉਹਦੀ ਬੱਚੀ ਹੈ ਜੀ। ਉਹਨੇ ਵੀ ਬੱਚਿਆਂ ਵਾਲੇ ਕੇਲੀ ਕੱਢਿਆ? ਹਾਂਜੀ, ਉਹਦੇ ਨਾਲ 100% ਹੀ ਰਿਜ਼ਲਟ ਆਉਂਦਾ ਜੀ। ਹਜੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਗਲਤ ਆਇਆ ਜੀ। ਇਹ ਘੋੜੀ ਦੁਬਾਰਾ ਫੇਰ ਉਸੇ ਤੇ ਵੱਡੀ ਗੱਬਣ ਆ। ਅੱਛਾ, ਵੱਡੀ ਘੋੜੀ ਫੇਰ ਉਸੇ ਤੇ ਗੱਬਣ ਕਰਾ ਲਈ ਦੂਜੀ? ਹਾਂਜੀ, ਇਹਨੂੰ 2 ਮਹੀਨੇ ਹੋਣ ਵਾਲੇ ਆ। ਤੇ ਇਹਦੀ ਵਛੇਰੀ ਦੀ ਜੇ ਉਮਰ ਕਰਾਂ ਤੇ ਕਿੰਨੀ ਕੁ ਉਮਰ ਹੋਣੀ? ਇਹਦੀ 1.5 ਸਾਲ ਦੇ ਲਗਭਗ ਆ ਜੀ। ਹਜੇ 1.5 ਸਾਲ? ਹਾਂ। ਤੇ ਹਾਈਟ ਮਿਨੀ ਫੀਤਾ ਲਾਇਆ ਕਿ ਨਹੀਂ? ਹਾਈਟ ਤਕਰੀਬਨ ਇਹਦੀ ਹੋਊਗੀ ਜੀ 58-59 ਇੱਥੇ 58 ਹੈ। ਤੇ ਇਹ ਹੈਗੀ ਹੈ ਮਾਰਕਿੰਗ ਕੀ ਇਹਦੀ? ਮਾਰਕਿੰਗ ਇਹਦੀ ਮੱਥੇ ਪਟਾ ਤੇ 3 ਪੈਰ ਚਿੱਟੇ ਆ। ਮੱਥੇ ਪਟਾ ਤੇ 3 ਪੈਰ ਚਿੱਟੇ? ਹਾਂਜੀ। ਤੇ ਸੱਜਣੋਂ ਬਸ਼ੇਰੀ ਬਾਹਲੀ ਜ਼ਿਆਦੀ ਘੈਂਟ ਆ, ਬਾਕੀ ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਮੇਰੇ ਤੋਂ ਸੂਝਵਾਨ ਤੇ ਸਿਆਣੇ ਬੈਠੇ ਹੋ। ਤੇ ਕਹਿਦਾ ਵੀ ਬਸ਼ੇਰੀ ਹੈਗੀ ਬਰੀਕੀਆਂ ਦੇ ਵਿੱਚ, ਤੇ ਇਹਦਾ ਰੇਟ ਵੀ ਬਾਈ ਫਿਰ ਫੋਨ ਤੇ ਦੱਸਾਂਗੇ। 1.5 ਸਾਲ ਉਮਰ ਹੈ ਤੇ 58-59 ਇੰਚ ਬਾਈ ਦੱਸਦੇ ਵੀ ਹਾਈਟ ਹੈ। ਬਾਕੀ ਜਦੋਂ ਤੁਸੀਂ ਲਾਈਵ ਆਣ ਕੇ ਬਾਈ ਇਹਦੇ ਵਿੱਚ ਕੀ ਦੇਖਦੇ ਹੋ, ਕਿੰਨੀਆਂ ਕੁ ਬਰੀਕੀਆਂ ਲੱਗਦੀਆਂ, ਕਿੱਦਾਂ ਦੀ ਲੱਗਦੀ? ਇਹਦੇ ਵਿੱਚ ਤਾਂ ਬਰੀਕੀਆਂ ਬਹੁਤ ਜ਼ਿਆਦਾ ਹੈ ਜੀ। ਅਸੀਂ ਪਿੱਠਪੁੜਾ ਬਹੁਤ ਬਾਕਮਾਲ ਹੈ ਹਨਾ। ਹਾਂ, ਕੱਦ ਵੀ ਬਹੁਤ ਕਰੂਗੀ ਇਹ, ਕੱਦ ਇਹ 62-63 ਤੇ ਜਾਊਗੀ ਹੱਸ ਕੇ ਜੀ। ਕੰਨ ਕਨੌਤੀ ਬੜਾ ਚੰਗਾ, ਬਾਕੀ ਮਣੀਆਂ ਬਹੁਤ ਬਾਕਮਾਲ ਲੱਗਿਆ ਹਨਾ। ਮਣੀਆਂ ਜੇ ਧੌਣ ਦੀ ਗੱਲ ਕਰੀਏ, ਛਾਤੀ ਦੀ ਗੱਲ ਕਰੀਏ, ਤੇ ਕਿਸੇ ਕੋਲੋਂ ਯੱਕਦੀ ਨਹੀਂ ਇਹ ਕਿਸੇ ਪਾਸੇ ਨਹੀਂ। ਜੇ ਕੋਈ ਬੰਦਾ ਸੰਭਾਲ ਕੇ ਇਹਨੂੰ ਸੋਚ ਪਾਉਣਾ ਚਾਹੂਗਾ ਤਾਂ ਇਹ ਨਹੀਂ ਗਾ ਵੀ ਖਾਲੀ ਮੁੜ ਕੇ ਆਊਗੀ, ਇਹ ਨਾਮ ਚੱਕ ਕੇ ਮੁੜੂਗੀ ਜੀ। ਲੈ ਵੀ ਸੱਜਣੋ, ਤੁਹਾਡੇ ਲਈ ਬਹੁਤ ਸੋਹਣਾ ਆਪਸ਼ਨ ਹੈ, ਖਾਸ ਕਰਕੇ ਜਿਹੜੇ ਬਾਹਰ ਦੀਆਂ ਸਟੇਟਾਂ ਦੇ ਬਾਈ ਆ ਨਾ, ਇੱਧਰੋਂ ਗੁਜਰਾਤ ਸਾਈਡ ਤੋਂ ਜਾਂ ਤਾਮਿਲਨਾਡੂ ਸਾਈਡ ਤੋਂ ਜਾਂ ਇੱਧਰੋਂ ਬਾਹਰਲੀਆਂ ਸਟੇਟਾਂ ਤੋਂ ਤੁਸੀਂ ਫੋਨ ਕਰਦੇ ਹੋ ਹਿਮਾਚਲ ਸਾਈਡ ਤੋਂ, ਤੇ ਆਪਕੇ ਲਈ ਵੀ ਬਹੁਤ ਅੱਛੀ ਆਪਸ਼ਨ ਹੈ ਬਾਈ ਸਾਹਿਬ। ਆਪ ਵੀ ਲੈਣਾ ਚਾਹ ਰਹੇ ਹੋ, ਆਪਕੋ ਬੱਚੀ ਪਸੰਦ ਆਈ ਹੈ, 3 ਪੈਰ ਚਿੱਟੇ ਹੈ ਔਰ ਮੱਥੇ ਪਟਾ ਹੈ, ਬਹੁਤ ਸੁੰਦਰ ਔਰ ਬਹੁਤ ਬਰੀਕੀਓ ਵਾਲੀ ਵਛੇਰੀ ਹੈ ਜੀ। ਤਾਂ ਉਹ ਕੰਨ ਕਨੌਤੀ ਕੀ ਵੀ ਅੱਛੀ ਹੈ ਔਰ ਆਪ ਦੇਖ ਹੀ ਰਹੇ ਹੋ, ਆਪ ਖੁਦ ਬਹੁਤ ਸਮਝਦਾਰ ਹੋ ਤਾਂ ਆਪ ਬਾਈ ਸਾਹਿਬ ਕੋ ਫੋਨ ਲਗਾ ਸਕਦੇ ਹੋ। ਤੋ ਇੰਨੀ ਮੇਰੀ ਬੇਨਤੀ ਆ ਬਾਈ ਵੀ ਜਿੱਥੋਂ ਵੀ ਤੁਸੀਂ ਲੈਣਾ ਚਾਹੁੰਦੇ ਹੋ, ਕਿਤੇ ਵੀ ਇੰਡੀਆ ਦੇ ਵਿੱਚੋਂ ਜਾਂ ਬਾਹਰ ਵੀ ਭਰਾ ਦੇਖਦੇ ਆ, ਕੋਈ ਚੰਗੀ ਵਛੇਰੀ ਰੱਖਣਾ ਚਾਹੁੰਦਾ, ਸ਼ੋਅ ਕੁਆਲਿਟੀ ਦੀ ਵਛੇਰੀ ਰੱਖਣਾ ਚਾਹੁੰਦਾ ਹੈ, ਤਾਂ ਤੁਸੀਂ ਭਰਾ ਨਾਲ ਸੰਪਰਕ ਕਰ ਲਿਓ। ਅੱਛਾ ਬਾਈ, ਇਹਦੇ ਵਿੱਚ ਹੋਰ ਕੋਈ ਇਹਦੀ ਖੂਬੀ?
ਅਗਰੈਸ਼ਨ ਕਿੱਦਾਂ ਦਾ ਹੈ, ਖਰਾਬ ਤਾਂ ਨਹੀਂ ਕਰਦੀ? ਨਹੀਂ ਜੀ, ਬਿਲਕੁਲ ਨਹੀਂ, ਜਿੱਥੋਂ ਆਵਾਜ਼ ਮਾਰੋ ਉੱਥੇ ਹੀ ਆਉਂਦੀ ਆ। ਬੜਾ ਤੁਸੀਂ ਲੈ ਕੇ ਆਏ ਘਰੇ ਜੰਪਲ? ਆਪਣੇ ਘਰ ਦੀ ਜੰਪਲ ਆ ਜੀ, ਘਰ ਦੀ ਜੰਪਲ ਆ ਜੀ। ਬਾਕੀ ਬਾਈ ਧੂੜਕੋਟੀਆ ਦਾ ਪਿੰਡ ਵੀ ਨਾਲ ਹੀ ਹੈ ਬਾਈ ਜਤਿੰਦਰ ਦਾ, ਅਤੇ ਉਹਨਾਂ ਦਾ ਘੋੜਾ ਬੜਾ ਚੰਗਾ ਸਿਕੰਦਰ, ਜਿਹਨੇ ਕਿ ਜਦੋਂ ਬਾਈ ਦੇ ਅਸੀਂ ਫਾਰਮ 'ਤੇ ਜਾਂਦੇ ਹਾਂ ਨਾ, ਅਤੇ ਬਾਈ ਨੇ ਕੰਧਾਂ ਭਰੀਆਂ ਨਾਲ ਬੱਚਿਆਂ ਦੇ, ਅਤੇ ਬੱਚੇ ਵੀ ਬਾਹਲੇ ਘੈਂਟ ਆਏ ਆ ਸਿਕੰਦਰ ਦੇ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਵੀ ਬੱਚੀ ਉਸੇ ਘੋੜੇ ਦੀ ਹੈ। ਤੁਸੀਂ ਸੰਪਰਕ ਕਰ ਸਕਦੇ ਹੋ, ਫੋਟੋ ਸਿਕੰਦਰ ਦੀ ਮੈਂ ਨਾਲ ਚਲਾਤੀ, ਅਤੇ ਇਹ ਘੋੜੇ ਦੀ ਬੱਚੀ ਹੈ। ਬਾਕੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਾਈ? ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ, ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ? ਮੈਸੇਜ ਜੇ ਕਿਸੇ ਨੇ ਸ਼ੌਂਕ ਨਾ ਰੱਖਣੀ ਆ ਜੀ, ਬਛੇਰੀ ਬਹੁਤ ਵਧੀਆ, ਸ਼ੌਂਕ ਵਾਲੀ ਆ, ਇਹ ਨਹੀਂ ਵੀ ਮਤਲਬ ਆਪਾਂ ਕਹਿ ਦਈਏ ਵੀ ਬਰੀਕੀਆਂ ਦੇ ਵਿੱਚ ਬਹੁਤ ਜ਼ਿਆਦਾ ਹੈ। ਅਤੇ ਤੁਸੀਂ ਵੀ 4-5 ਰੱਖੀ ਖੜ੍ਹੇ ਹੋ, ਤੁਹਾਡੇ ਕੋਲ ਜਗ੍ਹਾ ਦੀ ਘਾਟ ਹੈ, ਦੇ ਰਹੇ ਹੋ ਕਿ ਜਾਂ ਕੀ ਚੱਕਰ ਹੈ? ਵੈਸੇ ਵੀ ਚਲੋ ਜ਼ਿਆਦਾ ਮਾਲ ਸਾਂਭਣਾ ਔਖਾ ਹੋ, ਮੁਸ਼ਕਲ ਹੋ ਜਾਂਦਾ, ਹੁਣ ਨਵੀਂ ਫੇਰ ਸੂ ਪੈਣੀ ਹੈ ਨਾ ਵੱਡੀ, ਫੇਰ ਸੂ ਪੈਣੀ ਹੈ ਜੀ। ਹਾਂ, ਠੀਕ ਹੈ ਬਾਈ। ਲੈ ਵੀ ਸੱਜਣੋ, ਇੱਕ ਘੋੜੀ ਅਤੇ ਇੱਕ ਹੈਗੀ ਬਛੇਰੀ, ਦੋਵੇਂ ਫੋਰ ਸੇਲ ਨੇ, ਕਿਵੇਂ ਲੱਗੀਆਂ ਕਮੈਂਟਾਂ ਦੇ ਵਿੱਚ ਦੱਸ ਦਿਓ। ਜੇ ਕੋਈ ਸੱਜਣ ਲੈਣ ਦਾ ਚਾਹਵਾਨ ਅਤੇ ਉਹਦੇ ਵਿੱਚ ਤੱਕ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਪਹੁੰਚਾ ਦਿਓ, ਅਤੇ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ। ਜਿਉਂਦੇ ਵੱਸਦੇ ਹੱਸਦੇ ਰਹੋ, ਛੱਪਾ ਖੈਰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸੁਖਵਿੰਦਰ ਭਾਈ, ਧੰਨਵਾਦ। ਓਕੇ ਸੱਜਣੋ, ਸ਼ੇਅਰ ਮਾਰ, ਧੰਨਵਾਦ।